ਹੁਣ ਕਮਲਨਾਥ ਜੀ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਆ ਬਹੁਤ ਅੱਛੇ ਹੈ ਆ ਬਾਦਲ ਸਾਹਿਬ ਹੈ ਜਿਹੜੇ ਉਹਨਾਂ ਨੂੰ ਗੁਲਦਸਤੇ ਦੇ ਰਹੇ ਹੈ ਪ੍ਰੈਸ ਦੇ ਵਿੱਚ ਬਾਦਲ ਸਾਹਿਬ ਕਹਿੰਦੇ ਆ ਉਹ ਬਹੁਤ ਮਾੜੇ ਆ ਪਰ ਮੇਰਾ ਮਤਲਬ ਗੁਲਦਸਤੇ ਦੇਣ ਦਾ ਇੱਕ ਐਡਾ ਸੀਨੀਅਰ ਚੀਫ ਮਿਨਿਸਟਰ ਹੋਵੇ ਜਿਹੜਾ ਕਿੰਨੀ ਵਾਰੀ ਚੀਫ ਮਿਨਿਸਟਰ ਹੋਇਆ ਅਤੇ ਇੱਕ ਆਦਮੀ ਜਿਹਦੇ ਹੱਥ ਖੂਨ ਦੇ ਨਾਲ ਰੰਗੇ ਹੋਣ ਉਸ ਨੂੰ ਗੁਲਦਸਤੇ ਦੇ ਕੇ ਅਤੇ ਆਪਣੀ ਚੀਫ ਮਿਨਿਸਟਰੀ ਪੂਰੀ ਕਰ ਰਿਹਾ ਦੂਸਰੇ ਪਾਸੇ ਆਪਣੇ ਕੈਪਟਨ ਸਾਹਿਬ ਹੈਗੇ ਆ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਹੁੰ ਚੱਕ ਰਿਹਾ ਖਾਲਿਸਤਾਨ ਦੀ ਅੰਮ੍ਰਿਤਸਰ ਐਲਾਨਨਾਮੇ ਦੀ ਉਦੋਂ ਬਾਅਦ ਮੁਨਕਰ ਹੋ ਜਾਂਦੇ ਹੈ ਨਾਲ ਹੀ ਇਹ ਤੁਸੀਂ ਦੇਖਦੇ ਹੋ ਪ੍ਰੋਫੈਸਰ ਮਨਜੀਤ ਸਿੰਘ ਬੈਠੇ ਆ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਇਹਨਾਂ ਨੇ ਸਾਨੂੰ ਸਹੁੰ ਚੁਕਾਈ ਸੀਗੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਿ ਅਸੀਂ ਖਾਲਿਸਤਾਨ ਅੰਮ੍ਰਿਤਸਰ ਐਲਾਨਨਾਮੇ ਤੋਂ ਘੱਟ ਕੁਛ ਸਾਨੂੰ ਸਿੱਖਾਂ ਨੂੰ ਮਨਜ਼ੂਰ ਨਹੀਂ ਹੈ ਸੋ ਮੇਰਾ ਮਤਲਬ ਹੈ ਕਿ ਕੈਪਟਨ ਸਾਹਿਬ ਵੀ ਉਹ ਵੀ ਆਪਣੇ ਦਿਮਾਗ ਨੂੰ ਇਸਤੇਮਾਲ ਨਹੀਂ ਕਰ ਰਹੇ